नमस्कार दोस्तों, मैं डॉक्टर योगेश गर्ग, कंसल्टेंट यूरोलॉजिस्ट मणिपाल हॉस्पिटल पटियाला। अज तुहाडे नाल एक साडे पेशेंट दा एक्सपीरियंस सांझा करना चाहवांगा। पेसेंट जोगिंदर कौर साडे कोल एमरजेंसी दे विच प्रेजेंट कीते, उदों उन्हां दी हालत काफ़ी सीरीयस सी। उन्हां दा बीपी अनरिकॉर्डेबल सी, कॉन्सटेंट वोमिटिंग सीगी, ना वो अच्छे तरीके नाल बोल पा रहे सी, ते साह लैण विच भी डिफिकल्टी हो रही सी। जदों असीं उन्हां दे सारे टेस्ट कीते, उन्हां दे विच प्लेटलेट्स की कमी पाई गई, प्लेटलेट काउंट काफ़ी लो सी, सिर्फ 38,000 इन्फेक्शन इन्नी कु ज़्यादा सी। टी एल सी काउंट जिहड़ा कि आम तौर पर इन्फेक्शन दे विच वधदा है, वो सिस्टम भी ओवरवेलम हो चुका सी। ते ल्यूकोपीनिया उन्हों मैडिकल भाषा दे विच कहिंदे है, उन्हां नूं ल्यूकोपीनिया सी। पेशेंट का क्रेटिनिन भी 3 तो ज़्यादा सी। तो पेशेंट नूं आई सी यू दे विच दाखिल किया, हाई एंड एंटीबायोटिक्स ते होर सपोर्टिव ट्रीटमेंट दे के उन्हां दा बीपी वगैरह मेनटेन किया गया। तो फिर असी कारण लभण की कोशिश की, जदों असी सीटी स्कैन करवाया तां असी डिटेक्ट कीता उन्हां दे लैफ्ट यूरेटर दे विच एक किडनी एक स्टोन सी, जिहड़ा कि किडनी नूं ऑब्सट्रक्ट कर रहा सी, और ऑब्सट्रक्शन दे कारण किडनी दे विच सीवियर इन्फेक्शन हो गई सी। ते उही इन्फेक्शन ब्लड स्ट्रीम दे विच फैल गई सी, ते आ सारी प्रॉब्लम क्रिएट कर रही सी। तां इहदा हल लभण दी असी कोशिश कीती, तां उहदे विच डीजे स्टेंट पाउण दा प्लान बनाया गया। डीजे स्टेंट एक बरीक जी ट्यूब हुंदी है, जो कि किडनी तों लैके ब्लैडर दे विच पाई जाती है। ਇਹ ਸਟੋਨ ਨੂੰ ਬਾਈਪਾਸ ਕਰ ਦਿੰਦੀ ਹੈ, ਯਾਨੀ ਕਿ ਓਬਸਟ੍ਰਕਸ਼ਨ ਨੂੰ ਬਾਈਪਾਸ ਕਰ ਦਿੰਦੀ ਹੈ, ਜਿਹਦੇ ਨਾਲ ਕਿ ਇਨਫੈਕਟਿਡ ਯੂਰਿਨ ਕਿਡਨੀ ਦੇ ਵਿੱਚੋਂ ਡਰੇਨ ਹੋ ਕੇ ਯੂਰਿਨ ਬਲੈਡਰ ਦੇ ਵਿੱਚ ਆ ਕੇ ਬਾਡੀ ਤੋਂ ਬਾਹਰ ਚਲਾ ਜਾਂਦਾ, ਅਤੇ ਪੇਸ਼ੈਂਟ ਨੂੰ ਇਨਫੈਕਸ਼ਨ ਤੋਂ ਰਿਲੀਫ ਮਿਲਦਾ। ਪਰ ਪੇਸ਼ੈਂਟ ਦੀ ਇਹ ਸਿੰਪਲ ਪ੍ਰੋਸੈਸ ਜਿਹੜੀ ਹੈ, ਉਹ ਵੀ ਬੜੀ ਹਾਈ ਰਿਸਕ ਸੀ, ਕਿਉਂਕਿ ਉਹਨਾਂ ਦੇ ਪਲੇਟਲੈਟ ਕਾਊਂਟਸ ਬਹੁਤ ਘੱਟ ਸੀਗੇ, ਉਹਨਾਂ ਦਾ ਕ੍ਰੈਟਿਨਿਨ ਜ਼ਿਆਦਾ ਸੀ, ਅਤੇ ਉਹਨਾਂ ਨੂੰ ਆਇਨੋਟ੍ਰੋਪਿਕ ਸਪੋਰਟ ਯਾਨੀ ਕਿ ਬੀਪੀ ਵਧਾਉਣ ਵਾਲੀਆਂ ਦਵਾਈਆਂ ਚੱਲਦੀਆਂ ਪਈਆਂ ਸੀ। ਫਿਰ ਵੀ ਉਹਨਾਂ ਦੇ ਅਟੈਂਡੈਂਟਸ ਨੇ, ਪੇਸ਼ੈਂਟ ਨੇ ਖੁਦ ਸਾਡੇ 'ਤੇ ਵਿਸ਼ਵਾਸ ਰੱਖਿਆ, ਉਹਨਾਂ ਨੇ ਸਾਨੂੰ ਓਪਰੇਸ਼ਨ ਲਈ ਗੋ ਹੈਡ ਦਿੱਤਾ, ਤਾਂ ਅਸੀਂ ਓਪਰੇਸ਼ਨ ਕੀਤਾ। ਓਪਰੇਸ਼ਨ ਕਰਨ ਤੋਂ ਬਾਅਦ ਯੂਰਿਨ ਦੇ ਵਿੱਚ ਫਰੈਂਕ ਪਸ ਆਉਣੀ ਸ਼ੁਰੂ ਹੋ ਗਈ, ਯਾਨੀ ਕਿ ਕਿਡਨੀ ਬਹੁਤ ਹੀ ਜ਼ਿਆਦਾ ਇਨਫੈਕਟਿਡ ਸੀ। ਯੂਰਿਨ ਦੀ ਜਗ੍ਹਾ ਉੱਥੇ ਪਸ ਦੀ ਇੱਕ ਪੋਕਿਟ ਇੱਕ ਤਰ੍ਹਾਂ ਦੀ ਬਣ ਗਈ ਸੀ, ਉਹ ਪਸ ਕੰਟੀਨਿਊਸਲੀ ਡਰੇਨ ਹੁੰਦੀ ਗਈ। ਤਾਂ ਪੇਸ਼ੈਂਟ ਦੇ ਸਾਰੇ ਪੈਰਾਮੀਟਰਸ ਜਿਹੜੇ ਹੈਗੇ ਉਹ ਇੰਪਰੂਵ ਹੁੰਦੇ ਗਏ। ਉਹਨਾਂ ਨੂੰ ਜਿਹੜੀ ਆਇਨੋਟ੍ਰੋਪਿਕ ਸਪੋਰਟ ਸੀ, ਬੀਪੀ ਨੂੰ ਵਧਾਉਣ ਵਾਲੀ ਮੈਡੀਕੇਸ਼ਨ, ਉਹ ਬੰਦ ਹੋ ਗਈ, ਬੀਪੀ ਉਹਨਾਂ ਦਾ ਆਪਣੇ ਆਪ ਨੋਰਮਲ ਰਹਿਣ ਲੱਗ ਗਿਆ, ਕ੍ਰੈਟਿਨਿਨ ਘੱਟਦਾ ਘੱਟਦਾ ਨੋਰਮਲ ਰੇਂਜ ਦੇ ਵਿੱਚ ਆ ਗਿਆ, ਪਲੇਟਲੈਟਸ ਜੋ ਕਿ 37,000-38,000 ਦੇ ਕੋਲ ਰਹਿ ਰਹੇ ਸੀ, ਉਹ ਵੱਧ ਕੇ 2.5 ਲੱਖ ਦੇ ਕਰੀਬ ਪਹੁੰਚ ਗਏ, ਜੋ ਕਿ ਨੋਰਮਲ ਰੇਂਜ ਆਉਂਦੀ ਹੈ। ਇੱਦਾਂ ਹੀ ਟੀ ਐਲ ਸੀ, ਇਨੀਸ਼ਲੀ ਲਿਊਕੋਪੀਨੀਆ ਸੀ, ਯਾਨੀ ਕਿ ਇਮਿਊਨ ਸਿਸਟਮ ਹੀ ਸਪਰੈਸ ਹੋ ਚੁੱਕਿਆ ਸੀ ਸੀਵੀਅਰ ਇਨਫੈਕਸ਼ਨ ਦੇ ਕਾਰਨ, ਉਹ ਇਨੀਸ਼ਲੀ ਇੰਪਰੂਵ ਹੋਇਆ, ਵਧਿਆ, ਐਂਡ ਦੈਨ ਉਹ ਨੋਰਮਲ ਆ ਗਿਆ। ਅਤੇ ਉਹੀ ਪੇਸ਼ੈਂਟ ਜਿਹੜੇ ਸਾਡੇ ਕੋਲ ਆਏ ਸੀ ਵਿਦ ਡਿਫੀਕਲਟੀ ਇਨ ਬਰੀਦਿੰਗ, ਡਿਫੀਕਲਟੀ ਇਨ ਸਪੀਕਿੰਗ, ਉਦੋਂ ਬਾਅਦ ਉਹ ਬਿਲਕੁਲ ਨੋਰਮਲ ਹੋ ਕੇ ਆਪਦੇ ਪੈਰਾਂ 'ਤੇ ਚੱਲ ਕੇ ਘਰੇ ਡਿਸਚਾਰਜ ਹੋ ਕੇ ਗਏ। ਉਹਨਾਂ ਦਾ ਐਪੇਟਾਈਟ ਵੀ ਇੰਪਰੂਵ ਹੋ ਗਿਆ, ਅਤੇ ਸਾਰੇ ਪੈਰਾਮੀਟਰਸ ਨੋਰਮਲ ਚੱਲ ਰਹੇ ਨੇ, ਉਹ ਸਾਡੇ ਫੋਲੋਅਪ ਦੇ ਵਿੱਚ ਨੇ। ਹੁਣ ਅਸੀਂ ਡੈਫੀਨੇਟਿਵ ਪ੍ਰੋਸੀਜਰ ਯਾਨੀ ਕਿ ਸਟੋਨ ਰਿਮੂਵਲ ਜਿਹੜਾ ਹੈਗਾ ਉਹ ਕਰਾਂਗੇ, ਉਹ ਵੀ ਐਂਡੋਸਕੋਪਿਕ ਟੈਕਨੀਕ ਦੇ ਨਾਲ। ਇਸ ਕੇਸ ਤੋਂ ਸਿੱਖਣ ਦੀ ਗੱਲ ਇਹ ਹੈ ਵੀ ਕਿਡਨੀ ਸਟੋਨ ਵਰਗੀ ਛੋਟੀ ਜਿਹੀ ਪ੍ਰੋਬਲਮ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਆਮ ਤੌਰ 'ਤੇ ਸਾਰੇ ਲੋਕ ਇਹੀ ਮੰਨਦੇ, ਜੇ ਕਿਡਨੀ ਸਟੋਨ ਸਾਈਲੈਂਟ ਹੈ, ਪੇਨ ਨਹੀਂ ਕੋਜ਼ ਕਰ ਰਿਹਾ, ਤਾਂ ਉਹਨੂੰ ਕੋਈ ਟ੍ਰੀਟਮੈਂਟ ਦੀ ਜ਼ਰੂਰਤ ਨਹੀਂ ਹੈ। ਬਟ ਇਹ ਗੱਲ ਗਲਤ ਹੈ। ਟ੍ਰੀਟਮੈਂਟ ਆਪਾਂ ਡੈਫਰ ਜ਼ਰੂਰ ਕਰ ਸਕਦੇ ਹਾਂ, ਬਟ ਉਹਨੂੰ ਐਂਡਲੈਸਲੀ ਬੈਕਬਰਨਰ 'ਤੇ ਪਾਉਣਾ ਸਹੀ ਨਹੀਂ ਹੈ। ਜੇ ਆਹੀ ਕਿਡਨੀ ਸਟੋਨ ਜੋ ਕਿ 12-13 mm ਦਾ ਸੀ, ਜੇ ਇਸ ਪੇਸ਼ੈਂਟ ਦੇ ਵਿੱਚ ਪਹਿਲਾਂ ਟ੍ਰੀਟ ਹੋਇਆ ਹੁੰਦਾ, ਰਿਮੂਵ ਹੋਇਆ ਹੁੰਦਾ, ਤਾਂ ਉਹਨਾਂ ਨੂੰ ਐਮਰਜੈਂਸੀ ਦੇ ਵਿੱਚ ਆਈ ਸੀ ਯੂ ਦੇ ਵਿੱਚ ਲੈਂਡ ਕਰਨ ਦੀ ਨੌਬਤ ਨਹੀਂ ਆਉਣੀ ਸੀ। ਤਾਂ ਛੋਟੀ ਤੋਂ ਛੋਟੀ ਪ੍ਰੋਬਲਮ ਜਿਹੜੀ ਹੈ, ਉਹਦਾ ਹੱਲ ਜਲਦੀ ਤੋਂ ਜਲਦੀ ਕੁਆਲੀਫਾਈਡ ਡਾਕਟਰ ਤੋਂ ਲੱਭਣਾ ਚਾਹੀਦਾ। ਆਓ ਆਪਾਂ ਹੁਣ ਪੇਸ਼ੈਂਟ ਤੋਂ ਉਹਨਾਂ ਦਾ ਐਕਸਪੀਰੀਅੰਸ ਸੁਣੀਏ, ਸਾਡੇ ਹੋਸਪਿਟਲ ਦੇ ਵਿੱਚ ਉਹਨਾਂ ਨੂੰ ਕਿੱਦਾਂ ਮਹਿਸੂਸ ਹੋਇਆ, ਅਤੇ ਉਹ ਹੁਣ ਕਿਵੇਂ ਮਹਿਸੂਸ ਕਰ ਰਹੇ ਨੇ। ਮੇਰਾ ਨਾਮ ਜੋਗਿੰਦਰ ਕੌਰ ਹੈ, ਮੇਰੀ ਉਮਰ 70 ਸਾਲ ਦੀ ਹੈ। ਅਸੀਂ ਇੱਥੇ ਪਟਿਆਲਾ ਵਿੱਚ ਆਨੰਦ ਨਗਰ ਤ੍ਰਿਪੜੀ ਦੇ ਰਹਿਣ ਵਾਲੇ ਹਾਂ। ਮੈਨੂੰ ਅੱਜ ਤੋਂ 2 ਹਫ਼ਤੇ ਪਹਿਲਾਂ 28 ਮਾਰਚ ਨੂੰ ਰਾਤ ਨੂੰ ਵੋਮਿਟਿੰਗ ਦੀ ਕੰਪਲੇਂਟ ਹੋਈ ਸੀ। ਉਸ ਤੋਂ ਬਾਅਦ ਮੈਨੂੰ ਪ੍ਰਾਈਵੇਟ ਹੋਸਪਿਟਲ 'ਚ ਲਿਜਾਇਆ ਗਿਆ। 3-4 ਘੰਟੇ ਰਹਿਣ ਤੋਂ ਬਾਅਦ ਮੇਰੀ ਹਾਲਤ ਬਹੁਤ ਜ਼ਿਆਦਾ ਡਾਊਨ ਹੋ ਗਈ, ਅਤੇ ਉਹਨਾਂ ਨੇ ਫਿਰ ਮੈਨੂੰ ਐਂਬੂਲੈਂਸ ਦੇ ਵਿੱਚ ਕੋਲੰਬੀਆ ਸ਼ਿਫਟ ਕੀਤਾ, ਸੋਰੀ ਮਣੀਪਾਲ ਹੋਸਪਿਟਲ ਦੇ ਵਿੱਚ ਸ਼ਿਫਟ ਕੀਤਾ। ਰਾਤ ਦੇ 4 ਵਜੇ ਅਸੀਂ ਆਏ ਸੀ, ਅਤੇ ਇੱਥੇ ਆ ਕੇ ਮੈਨੂੰ ਲੱਗਿਆ ਕਿ ਮੈਨੂੰ ਨਾ ਜਨਮ ਮਿਲ ਗਈ। ਮੇਰੀ ਹਾਲਤ ਇਤਨੀ ਕ੍ਰਿਟੀਕਲ ਸੀ ਕਿ ਮੇਰੇ ਬੱਚੇ ਬਾਹਰ ਰੋ ਰਹੇ ਸੀ। ਮੈਂ ਸਾਰਾ ਪਲੈਟਲੈਸ ਸੈੱਲ, ਮੇਰਾ ਬੀਪੀ, ਸਭ ਕੁਛ ਡਾਊਨ ਜਾ ਚੁੱਕਾ ਸੀ ਮੇਰਾ। ਮੈਂ ਕਰੋਸ਼ ਦਾ ਬਹੁਤ ਥੈਂਕਸ ਕਰਦੀ ਹਾਂ
ਇਹਨਾਂ ਨੇ ਮੈਨੂੰ ਇਹਦੀ ਇਤਨਾ ਖਿਆਲ ਕੀਤਾ, ਇੰਨੀ ਅੱਛੀ ਕੇਅਰ ਕੀਤੀ। ਮੇਰਾ ਕੇਸ ਪਹਿਲੇ ਤਾਂ ਡਾਕਟਰ ਸੰਦੀਪ ਗੈਸਟੋ ਵਾਲਿਆਂ ਕੋਲ ਆਇਆ ਕਿ ਸ਼ਾਇਦ ਗੈਸਟਿਕ ਪ੍ਰੋਬਲਮ ਹੋਵੇ, ਪਰ ਨਹੀਂ, ਜਦੋਂ ਸਾਰੇ ਮੇਰੇ ਟੈਸਟ ਹੋਏ, ਸੀ ਟੀ ਸਕੈਨਸ ਹੋਏ, ਤਾਂ ਉਦੋਂ ਪਤਾ ਲੱਗਿਆ ਕਿ ਮੇਰੇ ਕਿਡਨੀ ਦੇ ਵਿੱਚ ਇੱਕ ਸਟੋਨ ਹੈ ਜੋ ਕਿ ਫਸੀ ਹੋਈ ਹੈ, ਇੱਕ ਨਾਲੀ ਵਿੱਚ ਔਰ ਕਿਡਨੀ ਦੇ ਵਿੱਚ ਫਸੀ ਹੋਈ ਸੀ, ਜਿਸ ਨੂੰ ਕਿ ਇਤਨੀ ਇਨਫੈਕਸ਼ਨ ਸੀ ਕਿਡਨੀ ਦੇ ਵਿੱਚ ਕਿ ਉਸਨੂੰ ਨਿਕਾਲਣਾ ਬਹੁਤ ਖਤਰੇ ਵਿੱਚ। ਸੋ ਉਹਨਾਂ ਨੇ ਮੈਨੂੰ ਮੇਰਾ ਅੰਦਰ ਸਟੰਟ ਪਾ ਕੇ ਉਸਨੂੰ ਥੋੜ੍ਹਾ ਅੱਗੇ ਪੁਸ਼ ਕਰ ਦਿੱਤਾ ਤਾਂ ਕਿ ਅਸੀਂ ਇਹਨਾਂ ਦੀ ਕਿਡਨੀ ਦੀ ਸਫਾਈ ਕਰ ਸਕੀਏ ਸਾਰਾ। ਸੋ 9 ਕੁ ਦਿਨ 10 ਦਿਨ ਆਈ ਸੀ ਯੂ 'ਚ ਰਹਿਣ ਤੋਂ ਬਾਅਦ ਮੈਂ ਆਪਣੇ ਆਪ ਨੂੰ ਡੇ ਬਾਈ ਡੇ ਬਹੁਤ ਹੀ ਜ਼ਿਆਦਾ ਫੀਲ ਕਰਨ ਲੱਗ ਪਈ, ਮੈਂ ਬਿਲਕੁਲ ਠੀਕ ਹਾਂ। ਡਾਕਟਰਾਂ ਦਾ ਜਿਹੜਾ ਬਿਹੇਵੀਅਰ ਸੀ, ਟ੍ਰੀਟਸ ਕਰ ਰਹੇ ਸੀ ਮੈਨੂੰ, ਡਾਕਟਰ ਸੁਮੀਤ, ਡਾਕਟਰ ਗੁਰਮੀਤ, ਡਾਕਟਰ ਯੋਗੇਸ਼ ਗਰਗ, ਜਿਨ੍ਹਾਂ ਨੇ ਕਿ ਮੇਰਾ ਆਲ ਓਵਰ ਟ੍ਰੀਟਮੈਂਟ ਉਹਨਾਂ ਨੇ ਕੀਤਾ, ਔਰ ਬੜੇ ਹੀ ਪਿਆਰ ਨਾਲ, ਬਹੁਤ, ਮੈਂ ਕਿ ਉਹਨਾਂ ਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ ਜਿੰਨਾ ਕਿ ਉਹਨਾਂ ਨੇ ਮੇਰਾ, ਬਾਕੀ ਇਹਨਾਂ ਦਾ ਸਾਰਾ ਸਟਾਫ ਹੈ ਜੋ ਨਰਸਿੰਗ ਦੀ ਡਿਊਟੀ ਸੀ, ਕਿਸੇ ਵਕਤ ਵੀ ਉਹਨਾਂ ਨੇ ਮੈਨੂੰ ਇਗਨੋਰ ਨਹੀਂ ਕੀਤਾ। ਡਾਇਟੀਸ਼ੀਅਨ, ਫਿਜ਼ੀਸ਼ੀਅਨ, ਸਾਰੇ ਹੀ ਟਾਈਮ ਟੂ ਟਾਈਮ ਆ ਕੇ ਮੇਰਾ ਹਾਲ ਪੁੱਛਦੇ ਰਹੇ। ਬਾਕੀ ਮੈਂ ਪਰਮਾਤਮਾ ਦੇ ਅੱਗੇ ਇਹਨਾਂ ਸਾਰਿਆਂ ਦੀ ਲਈ ਲੰਬੀ ਉਮਰ ਦੀ ਦੁਆ ਕਰਦੀ ਹਾਂ ਕਿ ਜਿਵੇਂ ਮੈਂ ਇੱਥੋਂ ਠੀਕ ਠਾਕ ਹੋ ਕੇ ਹੱਸਦੀ ਕਰ ਗਈ ਹਾਂ, ਸਾਰੇ ਇਸੇ ਤਰ੍ਹਾਂ ਹੱਸਦੇ ਹੱਸਦੇ ਘਰ ਜਾਣ। ਉਹ ਅੱਜ ਮੈਂ ਦੁਬਾਰਾ ਚੈੱਕਅਪ ਲਈ ਆਈ ਸੀ ਅਤੇ ਹੁਣ ਮੈਂ ਚੱਲ ਫਿਰ ਸਕਦੀ ਹਾਂ, ਆਪਣੇ ਆਪ ਨੂੰ ਕਾਫੀ ਮਤਲਬ ਠੀਕ ਸਮਝ ਰਹੀ ਹਾਂ। ਬਾਕੀ ਵੀਕਨੈਸ ਆ ਜੋ ਹੌਲੀ ਹੌਲੀ ਖਾਂਦੀ ਹੁੰਦੀ ਮੇਰੀ ਠੀਕ ਹੋ ਜਾਵੇ।